ਤੂੰ ਪਸੰਦ ਕੀਤਾ ਜਾ ਕੇ ਨੀਆਂ ਵਾਲੇ ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ ਕਾ ਤੂੰ ਪਸੰਦ ਕੀਤਾ ਜਾ ਕੇ ਨੀਆ ਵਾਲੇ ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ ਪੂਰਾ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ ਰਹੀ ਫਿਰਦੀ ਤੂੰ ਕਰਕੇ ਚੜਾਈਆਂ ਸਾਰਾ ਤੂੰ ਪੰਜਾਬ ਗਾਲਿਆ ਹੋਨੀ ਤੇਰ ਵੰਗਾ ਮੇਚ ਨਾ ਆਈਆਂ ਸਾਰਾ ਤੂੰ ਪੰਜਾਬ ਗਾਲਿਆ ਹੋ ਚੋਰੀ ਚੋਰੀ ਲੱਗੀਆਂ ਤੂੰ ਉੱਠ ਗਿਆ ਪਰਦਾ ਮੇਰੇ মামੇ ਨਾਲ ਤੇਰਾ ਚਾਚਾ ਜੋਬ ਕਰਦਾ ਚੋਰੀ-ਚੋਰੀ ਲੱਗੀਆਂ ਤੋਂ ਉੱਠ ਗਿਆ ਪਰਦਾ ਮੇਰੇ মামੇ ਨਾਲ ਤੇਰਾ ਚਾਚਾ ਜੋਬ ਕਰਦਾ ਕੱਲ মামੇ ਨੂੰ ਕਹਿੰਦੀ ਸੀ ਮੰਮੀ ਫੋਨ ਤੇ ਟਾਈਮ ਪਾਉਣਾ ਨਹੀਂ ਲਿਆਉਣੀ ਛੇਤੀ ਨੂੰ ਸਾਡੇ ਘਰ ਦੇ ਬਨੇਰੇ ਤੇ ਦੀਵਾਲੀ ਨੂੰ ਮੈਨੂੰ ਲੱਗਦਾ ਲਾਵੇਂਗੀ ਦੀਵੇ ਤੂੰ ਉਹ ਸਾਡੇ ਘਰ ਦੇ ਬਨੇਰੇ ਤੇ ਦੀਵਾਲੀ ਨੂੰ ਮੈਨੂੰ ਲੱਗਦਾ ਲਾਵੇਂਗੀ ਦੀਵੇ ਤੂੰ टाइम्स पंजाब के शो गोल्डन टॉक्स में शिप्रा में सारे पंजाबीस का वॉम वाम वेलकम जी हाँ जैसे कि हम सभी जानते हैं कि संगीत एक ऐसी भाषा है जिसे सारी दुनिया समझती है और अगर इसी भाषा में हमारी संस्कृति हमारा सभ्याचार हमारा पहनावा हमारी बोल बाली सबसे बड़ी बात जो हमारे संगीत के शब्द होते हैं जिन्हें बहुत ज़्यादा संजो के रखा जाता है संस्कृति के साथ हमारी वो अगर हो जाए तो संगीत बहुत ही खूबसूरत बहुत ही लाजवाब बन जाता है जी हाँ आज हमारे साथ पंजाब के पॉलीवुड म्यूज़िकल इंडस्ट्री के बहुत ही रिनॉन्ड सिंगर हमारे साथ हैं जिन्हें आप सब जानते हैं उन्हें ढेर सारा प्यार दे चुके हैं मिस्टर सुखविंदर सुखी जी से तो चलिए ज़्यादा टाइम ना वेस्ट करते हुए वे, आपको मिलवाते हैं सुखविंदर सुखी जी से और जानते हैं कि उन्होंने अपनी म्यूजिकल जर्नी कब स्टार्ट की ਸਤਿ ਸ਼੍ਰੀ ਅਕਾਲ ਸਰ ਵੈਲਕਮ ਟੂ ਟਾਈਮਸ ਪੰਜਾਬ ਟੀਵੀ ਸ਼ਿਪਰਾ ਜੀ ਤੁਹਾਨੂੰ ਵੀ ਤੇ ਟਾਈਮਸ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਬਲਾਮਾ ਤੁਹਾਨੂੰ ਸਾਰਿਆਂ ਨੂੰ ਕਰਿਓ ਕਬੂਲ ਸਾਰੇ ਸਾਸਰੀ ਕਾਲ ਮੇਰੀ ਥੋਡੀਆਂ ਦਵਾਮਤ ਤੇ ਪਿਆਰ ਨੇ ਬਣਾਇ ਮੈਨੂੰ ਬਣ ਜਾਂਦਾ ਗਾਇ ਕਿਨੇ ਕਿੱਥੇ ਸੀ ਮਜਾਲ ਮੇਰੀ ਦੌਲਤਾਂ ਤੇ ਸ਼ੋਰਤਾਂ ਵੀ ਦਿੱਤੀਆਂ ਨੇ ਤੁਸੀਂ ਮੈਨੂੰ ਇਸੇ ਤਰ੍ਹਾਂ ਦਿਲਾਂ ਵਿੱਚ ਕਰਿਓ ਸੰਭਾਲ ਮੇਰੀ ਕੁਝ ਮੈਨੂੰ ਜ਼ਿੰਦਗੀ ਚ ਪੰਮੀ ਹੈ ਯਾਰ ਮਲੇ ਬਾਕੀ ਗੁਰੂ ਰੱਖਿਆ ਕਰਨ ਵਾਲ ਵਾਲ ਮੇਰੀ ਬਾਕੀ ਗੁਰੂ ਰੱਖਿਆ ਕਰਨ ਵਾਲ 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 ਮੇਰੀ ਸਰ ਇਤਨਾ ਅੱਛਾ ਇੰਟਰੋਡਕਸ਼ਨ ਸ਼ਾਇਦ ਇਸ ਤੋਂ ਪਹਿਲੇ ਹਮੇ ਕਿਸੇ ਨੇ ਨਹੀਂ ਦਿਆ ਹੋਗਾ ਤਾਂ ਸਰ ਆਪਸੇ ਬਹੁਤ ساری ਬਾਤਾਂ ਤੇ ਹਮ ਕਰਾਂਗੇ ਪਹਿਲੇ ਇੱਕ ਗਾਣੇ ਸੇ ਆਪ ਕੁਝ ਵੀ ਸਟਾਰਟ ਕੀਜੀਏ ਕੋਈ ਵੀ ਗਾਣਾ ਆ ਉਹ ਸੌਂਗ ਗਾਣਾ ਜਿਸ ਗਿਆਣਾ ਨੇ ਮੇਰੀ ਪਛਾਣ ਬਣੀ ਸੀ ਇਸ ਖੇਤਰ ਦੇ ਵਿੱਚ ਜਿਸ ਤੋਂ ਸਖਵਿੰਦਰ ਸੁਖੀ ਦੀ ਐਂਟਰੀ ਹੋਈ ਸੀ ਉਹ ਗੀਤ ਸੀ ਬੰਗਾ ਮੇਚਨਾਈਆਂ ਸਾਰਾ ਦੂ ਪੰਜਾਬ ਗਾ ਲਿਆ ਤੁਹਾਡੀ ਫਰਮਾਇਸ਼ ਤੇ ਬਿਲਕੁਲ ਤੁਹਾਡੀ ਕੋਕਾ ਤੂੰ ਪਸੰਦ ਕੀਤਾ ਜਾ ਕੇ ਨੀਆਂ ਵਾਲੇ ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ ਕੋਕਾ ਤੂੰ ਪਸੰਦ ਕੀਤਾ ਜਾ ਕੇ ਨੀਆਂ ਵਾਲੇ ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ ਪੂਰਾ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ ਰਹੀ ਫਿਰਦੀ ਤੂੰ ਕਰਕੇ ਚੜਾਈਆਂ ਸਾਰਾ ਤੂੰ ਪੰਜਾਬ ਗਾਲਿਆ ਹੋਨੀ ਤੇਰ ਵੰਗਾ ਮੇਚ ਨਾ ਆਈਆਂ ਸਾਰਾ ਤੂੰ ਪੰਜਾਬ ਗਾਲਿਆ सर wow, अब तक हमने आपको सीडीज़ कैसेट्स और सोशल मीडिया के थ्रू सुना है पर लाइव हम आपको सुन के कह सकते हैं कि इतनी ऑथेंटिक वॉइस है आपकी कि पूरा पंजाबी कल्चर उसमें सिमटा हुआ हमें दिखाई दे रहा तो है तो चलिए अब जानते हैं आपके बारे में कुछ थोड़ा सा आप ये बताइए कि आपने इंट्रोडक्शन तो आपने दे दिया ये बताइए म्यूजिकल जर्नी में आपने सबसे पहला कदम आपका कब रखा नाइनटी नाइनटीन में ਮੇਰੀ ਪਹਿਲੀ ਕੈਸਟ ਡਾਈਸ ਸੀ ਹੈਨੇ ਹਲ ਰੁਸਗੀ ਤੇ ਉਸ ਤੋਂ ਬਾਅਦ ਮੇਰੀ ਕੈਸਟ ਡਾਈ ਬੰਗਾ ਮੇਚਨਾ ਜਾਂ 99 ਦੇ ਵਿੱਚ ਜਿੱਥੋਂ ਪ੍ਰੋਪਰ ਮੈਂ 뮤직 ਇੰਡਸਟਰੀ ਦੇ ਵਿੱਚ ਸਖਵਿੰਦਰ ਸੁਖੀ ਐਜ਼ ਅ ਆਰਟਿਸਟ ਐਸਟੈਬਲਿਸ਼ ਹੋ ਗਿਆ ਤੇ ਉਸ ਤੋਂ 99 ਤੋਂ 98 98 ਤੋਂ ਲੈ ਕੇ ਹੁਣ 19 ਆ ਗਿਆ 2019 ਆ ਗਿਆ 21 ਸਾਲ ਹੋ ਗਏ ਤੇ ਲਗਾਤਾਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਿੱਦਾ ਗ੍ਰੇਸ ਆਫ ਗੋਡ ਕੰਮ ਕਰ ਰਹੇ ਹਾਂ ਤੇ ਜੇ ਹੋਰ ਲੋਕਾਂ ਨੇ ਜਿੰਨਾ ਸਰ ਪਿਆਰ ਦੇਣਗੇ ਤੇ ਹੋਰ ਸੇਵਾ ਕਰਦੇ ਰਹਿਾਂਗੇ ਤੇ ਜਿਵੇਂ ਅਪ ਇਤਨੀ ਸੀ ਨਾਨ ਪਰਸਨੈਲਿਟੀਆਂ ਹਮਾਰੇ ਪੋਲੀਵੁੱਡ 뮤지컬 ਇੰਡਸਟਰੀ ਕੇ ਉਹ ਜੋ ਆਪਕੇ ਕੁਆਲੀਫਿਕੇਸ਼ਨ ਹੈ ਉਸਕੇ ਬਾਰੇ ਮੇਂ ਕੁਛ ਬਤਾਈਏ ਕਿ ਆਪਨੇ 뮤జిక్ ਸੇ ਰਿਲੇਟਡ ਆਪਣੇ ਕੁਆਲੀਫਿਕੇਸ਼ਨ ਕੰਪਲੀਟ ਕੀ ਹੋਈ ਹੈ ਮੈਂ ਐਮ ਐਸ ਸੀ ਐਗਰੀਕਲਚਰ ਕੀਤੀ ਹੈ ਜੀ ਮੈਂ ਕੰਮ ਮੇਂ ਕਿਦਾ ਕਰਦਾ ਮੈਂ ਐਮ ਐਸ ਸੀ ਐਗਰੀਕਲਚਰ ਦੀ ਕੀਤੀ ਸੀ ਲੁਧਿਆਣਾ ਯੂਨੀਵਰਸਿਟੀ ਤੋਂ 96 ਦੇ ਵਿੱਚ ਮੈਂ 5ਵੀਂ ਤੋਂ ਲੈ ਕੇ ਐਮ ਐਸ ਸੀ ਤੱਕ ਮੇਰਾ ਫੈਲੋਸ਼ਿਪ ਹੈ ਬੀ ਐਸ ਸੀ ਮੈਂ ਗੋਲਡ ਮੈਡਲਿਸਟਾਂ ਟਾਪ ਕੀਤਾ ਮੈਂ ਯੂਨੀਵਰਸਿਟੀ ਨੂੰ ਤੇ ਮੈਂ ਸਪੋਰਟਸ ਮੇਂ ਰਿਹਾ ਤਿੰਨ ਵਾਰੀ ਨੈਸ਼ਨਲ ਖੇਡਿਆਂ ਖੋਖਤ ਦੇ ਵਿੱਚ ਕੈਪਟਨ ਰਿਹਾ ਪੰਜਾਬ ਦੀ ਟੀਮ ਦਾ ਦੋ ਵਾਰੀ ਤੇ ਹਰ ਪਾਸੇ ਹੱਥ ਅਜਮਾਇਆ ਤੇ ਹਰ ਪ ਤੋਂ ਬਾਅਦ ਮੈਂ ਪੀ ਐਚ ਡੀ ਕਰਨ ਲੱਗਿਆ ਸੀ ਇਧਰ ਨੂੰ ਮੇਰੀ ਕੈਸਟ ਆ ਗਈ ਤੇ 뮤직 ਇੰਡਸਟਰੀ ਚ ਆ ਕੇ ਤੇ ਇਧਰਲੇ ਪਾਸੇ ਵੀ ਮੈਨੂੰ ਲੱਗਦਾ ਵੀ ਉਨੀ ਮੇਰੀ ਔਕਾਤ ਨਹੀਂ ਸੀ ਤੇ ਜਿੰਨਾ ਮੈਨੂੰ ਲੋਕਾਂ ਨੇ ਪਿਆਰ ਦਿੱਤਾ ਤਾਂ ਆਪ ਦੇਖ ਸਕਤੇ ਮਲਟੀ ਟੈਲੈਂਟਡ ਸੁਖਵਿੰਦਰ ਸੁਖੀ ਜੀ ہمارے ਸਾਥ ਬੈਠੇ ਹੈ ਤਾਂ ਸਰ ਬੈਕਗ੍ਰਾਉਂਡ ਆਪਕਾ ਜੋ ਫੈਮਿਲੀ ਬੈਕਗ੍ਰਾਉਂਡ ਹੈ ਇਸ ਵਿੱਚ ਵੀ ਕਦੀ ਕੋਈ 뮤직 ਮੇ ਰਹਾ ਹੈ ਨਹੀਂ ਸਾਡਾ ਖੇਤੀਬਾੜੀ ਕਰਨ ਵਾਲਾ ਪਰਿਵਾਰਾ ਜੱਟ ਪਰਿਵਾਰ ਨੂੰ ਮੈਂ ਸੰਬੰਧ ਕਰਦਾ ਹਾਂ ਉਸ ਤੋਂ ਪਹਿਲੇ ਆਪ ਆ ਮੈਂ ਪਹਿਲੇ ਸੀ ਸਾਡੇ ਪਰਿਵਾਰ ਦੇ ਵਿੱਚੋਂ ਮੈਂ ਉਹ ਵੀ ਪਹਿਲੇ ਜਿਹਨੇ 10ਵੀਂ ਪਾਸ ਕੀਤੀ ਸੀ ਬਾਕੀ 10ਵੀਂ ਤੋਂ ਥੱਲੇ ਵਾਲੇ ਸੀਗੇ ਤੇ ਇਸ ਲਾਈਨ ਦੇ ਵਿੱਚ ਵੀ ਸੁਣਨ ਦਾ ਸ਼ੌਂਕ ਸੀ ਤੇ ਮੇਰੇ ਫਾਦਰ ਸਾਹਿਬ ਨੇ ਕਿਸੇ ਬਹੁਤ ਪੜਦੇ ਹੁੰਦੇ ਸੀ ਮੇਰੇ ਤਾਇਆ ਜੀ ਸੀ ਸਰਦਾਰ ਆਤਮਾ ਸਿੰਘ ਗਰੇਵਾਲ ਉਹਨਾਂ ਨੂੰ ਸੰਗੀਤ ਨਾਲ ਬਹੁਤ ਪਿਆਰ ਸੀ ਕਿਤੇ ਸਾਡੇ ਏਰੀਆ ਵਿੱਚ ਉਹਦੋਂ ਖੁੱਲੇ ਖਾੜੇ ਲੱਗਦੇ ਹੁੰਦੇ ਸੀ ਛੋਟੇ ਹੁੰਦੇ ਸੀ ਤੇ ਉਹ ਉਹ ਉਹਨਾਂ ਕਦੇ ਕਲਾਕਾਰ ਦਾ ਕੋਈ ਅਖਾੜਾ ਮੈਸ ਨਹੀਂ ਸੀ ਕੀਤਾ ਮਾਨਕ ਸਾਹਿਬ ਸਦੀਕ ਸਾਹਿਬ ਸਰੇਂਦਰ ਸਿੰਘ ਦਾ ਜਸਵੰਤ ਸੰਦੀਲਾ ਜੀ ਕਰਤਾਰ ਰਮਲਾ ਜੀ ਜਿਹੜੇ ਪੁਰਾਣੇ ਸਾਡੇ ਆਰਟਿਸਟ ਨੇ ਉਹਨਾਂ ਦੇ ਖਾੜੇ ਤੇ ਉਹਨਾਂ ਨੂੰ ਸ਼ੌਕ ਹੁੰਦਾ ਸੀ ਤੇ ਮੈਨੂੰ ਵੀ ਸ਼ੌਕ ਸੀ ਤੇ ਉਹਨਾਂ ਨੇ ਮੈਨੂੰ ਪਿੱਛੇ ਬਿਠਾਉਣਾ ਸਾਈਕਲ ਤੇ ਮੈਨੂੰ ਵੀ ਨਾਲ ਲੈ ਜਾਣਾ ਤੇ ਉੱਥੇ ਮੈਂ ਹਲੇ ਛੋਟਾ ਜਾ ਹੁੰਦਾ ਸੀ 5-7 ਸਾਲ ਦਾ ਤੇ ਉੱਥੇ ਟਾਈਮ ਲੈ ਕੇ ਕਹਾਂ ਜੀ ਸਾਡੇ ਅਜਵਾਗ ਨੇ ਗੀਤ ਗਾਉਣਾ ਤੇ ਮੈਨੂੰ ਸਟੇਜ ਤੇ ਚੜਾ ਦੇਣਾ ਤੇ ਉਹ ਉੱਥੋਂ ਮੇ तो सर कैसा लगता है जब पंजाब के लोग आपको इतना प्यार दे रहे हैं इतने सॉन्ग्स आपके अप्रिशिएट किए जाते हैं तो आपको क्या लगता है कि पंजाबी म्यूजिकल इंडस्ट्री में पहले के टाइम पे और आपके टाइम पे आपको कितना डिफरेंस फील होता है खैर स्रोते तो वही ने ਦਾਸ ਸਾਲਾਂ ਬਾਅਦ ਵੈਸੀ ਵੀ ਇੱਕ ਜਨਰੇਸ਼ਨਲ ਗੈਪ ਹੋ ਜਾਂਦਾ ਜੋ ਲਾਲਚਾਂ ਜਮਲਾ ਜੱਟ ਜੀ ਗਾਉਂਦੇ ਸੀ ਜਿੱਦੇ ਉਦੋਂ ਤਵੇ ਆਉਂਦੇ ਹੁੰਦੇ ਸੀਗੇ ਸਦੀਕ ਸਾਹਿਬ ਮਾਨਕ ਸਾਹਿਬ ਉਹ ਤਵਿਆਂ ਤੋਂ ਬਾਅਦ ਸੀਡੀ ਦਾ ਕੈਸਟ ਦਾ ਯੋਗ ਆ ਗਿਆ ਤੇ ਉਦੋਂ ਥੋੜਾ ਜਿਹਾ ਹੋਰ ਟ੍ਰੈਂਡ ਚੈਂਡ ਹੋਇਆ ਚੇਂਜ ਹੋਇਆ ਤੇ ਕੈਸਟ ਤੋਂ ਬਾਅਦ ਸੀਡੀਆਂ ਆ ਗਈਆਂ ਸੀਡੀਆਂ ਤੋਂ ਬਾਅਦ ਹੁਣ YouTube ਤੇ ਆ ਗਿਆ ਤੇ سوشل میڈیا ਆ ਗਿਆ ਉਹ ਤਾਂ سوشل میڈیا ਨੇ ਸੀ ਹੁੰਦਾ ਤੇ ਅੱਗੇ ਜਦੋਂ ਸਾਡੇ ਦੌਰ ਤੇ ਸੀ ਕੈਸਟ ਕੰਪਨੀਆਂ ਕਲਾਕਾਰ ਨੂੰ ਪਹਿਲਾਂ ਸੁਣਦੀਆਂ ਸੀ ਇੱਕ ਤਰ੍ਹਾਂ ਦਾ ਆਡੀਸ਼ਨ ਲੈਂਦੀਆਂ ਸੀ ਵੀ ਇਹ गा ਸਕਦਾ ਇਹਦੀ ਬਾਜ ਜਸੀਆ ਅੱਛੀ ਆ ਕਿ ਨਹੀਂ ਲੋਕ ਪਸੰਦ ਕਰਨਗੇ ਕਿ ਨਹੀਂ ਤਾਂ ਰਿਕਾਰਡ ਕਰਦੀਆਂ ਸੀ ਤੇ ਅੱਜ ਕੱਲ ਤਾਂ ਕੋਈ ਕੰਪਨੀ YouTube ਚੈਨਲ ਬਣਾਓ ਤੁਸੀਂ ਤੁਹਾਨੂੰ ਕੋਈ ਵੀ ਨਹੀਂ ਰਿਕਾਰਡ ਕਰਦਾ ਕੋਈ ਕੰਪਨੀ ਨਹੀਂ ਵੀ ਰਿਲੀਜ਼ ਕਰਦੀ ਤੁਸੀਂ ਆਪ ਦਾ ਗਾਣਾ ਰਿਕਾਰਡ ਕਰੋ ਉਹਦਾ ਵੀਡੀਓ ਕੋਈ ਚੈਨਲ ਤੇ ਪਾਓ ਤੁਸੀਂ ਹੁਣ ਸੰਗੀਤ ਦੀ ਬਹਤਾਤ ਹੋ ਗਈ ਕੁਆਂਟੀਟੀ ਬਹੁਤ ਜ਼ਿਆਦਾ ਹੋ ਗਈ ਪਰ ਉਹਦਾ ਕੁਆਲਿਟੀ ਲਾਸ ਹੋਊਗਾ ਕਿਉਂਕਿ ਲੋਕ ਉਹਨੇ ਮਿਹਨਤ ਨਹੀਂ ਕਰਦੇ ਅਗੇ ਕੰਪੀਟੀਸ਼ਨ ਹੋਰ ਤਰ੍ਹਾਂ ਦਾ ਸੀ ਹੈਲਥੀ ਕੰਪੀਟੀਸ਼ਨ ਸੀ ਹੁਣ ਕੋਈ ਕੰਪੀਟੀਸ਼ਨ ਨਹੀਂ ਨਾ ਨਾ ਤਾਂ ਕੋਈ ਕੰਪੋਜੀਸ਼ਨ ਦੇ ਵਿੱਚ ਵੇਰੀਏਸ਼ਨ ਨਾ ਮੈਟਰ ਚ ਵੇਰੀਏਸ਼ਨ ਆ ਨਾ ਗਾਉਣ ਚ ਵੇਰੀਸ਼ਨ ਆ ਮਿਊਜ਼ਿਕ ਦੇ ਵਿੱਚ ਵੇਰੀਏਸ਼ਨ ਆ ਉਹ ਇੱਕੋ ਕੋ ਚੱਲੀ ਜਾਂਦਾ ਹੈ ਅਗਰ ਸਿਰ ਪਰਸਨਲੀ ਹਮ ਸੁਖਵਿੰਦਰ ਸੁਖੀ ਜੀ ਸੇ ਪੁੱਛੇ ਤਾਂ ਆਪਕੋ ਕਿਹਦਾ ਲੱਗਦਾ ਕਿ ਜੋ ਅੱਜ ਕਾ ਸੋਸ਼ਲ ਮੀਡੀਆ ਕਾ ਟਾਈਮ ਚੱਲ ਰਹਾ ਜਿ세 ਆਪਨੇ ਬਤਾਇਆ YouTube ਪੇ ਗਾਣੇ ਆ ਜਾਂਦੇ ਹੈ ਔਰ ਪਹਿਲੇ ਕੈਸੇਟ ਔਰ ਸੀਡਿਸ ਕਾ ਟ੍ਰੈਂਡ ਚਲਤਾ ਥਾ ਆਪਕੋ ਪਰਸਨਲੀ ਕਿਸ ਚੀਜ਼ ਨੇ ਅਟ੍ਰੈਕਟ ਜ਼ਿਆਦਾ ਕੀਆ ਸੀਡਿਸ ਵਾਲੇ ਟਾਈਮ ਨੇ ਯਾ ਆਪ ਸ ਉਹਦਾ ਕਾਰਨ ਇਹ ਆ ਕਿ ਕਿ ਉਦੋਂ ਕਿ ਹੁਣ ਅੱਜ ਕੀ ਫੇਕ ਵਿਊਜ਼ ਮਿਲਦੇ ਨੇ YouTube ਤੇ ਤੇ 2-3 ਲੱਖ ਰੁਪਏ ਵਾਲਾ ਉਹ 2-3 ਮਿਲੀਅਨ ਵਿਊ ਕਰ ਲਈ ਮੇਰੇ ਜੀ ਕੀਤੇ ਇੰਨੇ ਵੀ ਵਿਊ ਹੋ ਗਏ ਇੰਨੇ ਲੋਕਾਂ ਨੇ ਦੇਖ ਲਿਆ ਕੋਈ ਉਹਦਾ ਪੈਰਾਮੀਟਰ ਤਾਂ ਹੈ ਨਹੀਂ ਅੱਗੇ ਪਤਾ ਇੱਕ ਕੈਸਟ ਮਾਰਕੀਟ ਚ ਆਉਂਦੀ ਸੀ ਜਦੋਂ ਉਹ ਵਿਕਦੀ ਸੀ ਦੁਕਾਨਾਂ ਤੇ ਲੋਕ ਖਰੀਦਦੇ ਸੀ ਸੁਣਦੇ ਸੀ ਉਦੋਂ ਪਤਾ ਲੱਗਦਾ ਵੀ ਆਹ ਕੈਸਟ ਇੰਨੀ ਵਿਕੀ ਆ ਤੇ ਉਹਦੇ ਪਿੱਛੇ ਕੰਪਨੀਆਂ ਭੱਜੀਆਂ ਫਿਰਦੀ ਹੁੰਦੀਆਂ ਸੀ ਤੇ ਇੰਨਾ ਉਹ ਚੀਜ਼ ਦਾ ਉਦੋਂ ਜਿਹੜੀ ਕੁਆਲਿਟੀ ਸੀ ਵਧੀਆ ਹੁੰਦੀ ਸੀ ਸੋ ਸਰ ਆਪਕੋ ਸਭ ਤੋਂ ਪਹਿਲੇ ਆਪਣੀ ਪਹਿਚਾਨ ਕਬ ਮਿਲੀ ਜੈਸੇ ਆਪਨੇ ਕਬ ਵੀ ਕਿਸ ਇਸ ਲਾਈਨ ਮੇ ਆਨੇ ਕੇ ਲਈ ਹਾਂ ਪਹਿਲਾ ਤਾਂ ਸਾਡੇ 뮤직 ਸਿੱਖਿਆ ਸਾਡੇ ਯੂਨੀਵਰਸਿਟੀ ਪ੍ਰੋਫੈਸਰ ਸੀ ਸੀ ਚੰਮਲਾਲ ਭੱਲਾ ਸਾਹਿਬ ਉਹਨਾਂ ਤੋਂ ਤੇ ਉਸ ਤੋਂ ਬਾਅਦ ਸਾਡੇ ਜਸਵਿੰਦਰ ਭੱਲਾ ਭੱਜ ਦੇ ਘਰੇ ਪਖਰਾਜ ਦੀ ਲੋੜੀ ਸੀ ਉਹਨਾਂ ਦੇ ਬੇਟੇ ਦੀ ਤੇ ਉੱਥੇ ਮੈਂ ਉਹ ਪੜਦਾ ਸੀ ਉਦੋਂ ਮੈਨੂੰ ਕਹਿੰਦੇ ਵੀ ਦੋਗ ਸਾਜੀ ਲਈ ਆਪਾਂ ਮਨੋਰੰਜਨ ਕਰਾਂਗੇ ਹਾਂਜੀ ਹਾਂ ਤੇ ਉਹ ਉੱਥੇ ਮੈਂ ਉਹ ਗਾ ਰਿਹਾ ਸੀ ਉਦੋਂ ਉੱਥੇ ਜਰਨੈਲ ਕਮਾਨ ਜੀ ਸੀਐਮਸੀ ਕੰਪਨੀ ਦੇ ਲੋ ਤੋਂ ਆਏ ਸੀ ਤੇ ਉਹਨਾਂ ਨੇ ਮੈਨੂੰ ਸੁਣ ਕੇ ਕਹਿੰਦੇ ਬੰਦਾ ਰਿਕਾਰਡ ਕਰਨ ਵਾਲਾ ਭੱਲਾ ਭੱਜ ਨੂੰ ਕਹਿੰਦੇ ਕਹਿੰਦੇ ਵੀ ਕੌਣਾ ਕਹਿੰਦੇ ਸਾਡਾ ਸਟੂਡੈਂਟ ਵੀ ਆ ਤੇ ਸਾਡੀ ਬੈਸ ਉਹਨਾਂ ਨੇ ਮੈਨੂੰ ਰਿਕਾਰਡ ਕਰਕੇ ਪਹਿਲੀ ਬ੍ਰੇਕ ਦਿੱਤੀ। ਤੁਸੀਂ ਪਹਿਲੇ ਕੇ ਟਾਈਮ ਤੇ ਫੇਮਸ ਹੋਣਾ ਜ਼ਿਆਦਾ ਈਜ਼ੀ ਥਾ ਆਪਕੋ ਲੱਗਦਾ ਯਾ ਆਜ ਕੇ ਟਾਈਮ ਤੇ ਫੇਮਸ ਹੋਣਾ ਜ਼ਿਆਦਾ ਈਜ਼ੀ ਹੋ ਚੁਕਾ ਨਹੀਂ ਦੇਖੋ ਫੇਮਸ ਹੋਣਾ ਕਦੇ ਵੀ ਈਜ਼ੀ ਨਹੀਂ ਹੁੰਦਾ ਸਕਸੈਸ ਉਹ ਕਹਿੰਦੇ ਰੋਮ ਕਾਂਟ ਵੀ ਬੈਲਟ ਇਨੇ ਬੰਡੇ ਉਧਰਲੀ ਤੁਹਾਨੂੰ ਮਿਹਨਤ ਹਮੇਸ਼ਾ ਕਰਨੀ ਪੈਂਦੀ ਆ ਚਲਦੀ ਤਾਂ ਕੁਆਲਟੀ ਹਈ ਆ ਤੇ ਹੁਣ ਇਹ ਆ ਵੀ ਹੁਣ ਥੋੜਾ ਜਿਹਾ ਲੋਕਾਂ ਨੂੰ ਗੁਮਰਾਹ ਕਰਨ ਦਾ ਸਮਾਂ ਜ਼ਿਆਦਾ ਆ ਉਦੋਂ ਗੁਮਰਾਹ ਨਹੀਂ ਸੀ ਹੁੰਦੇ ਲੋਕ ਉਦੋਂ ਚੰਗਾ ਕਲਾਕਾਰ ਜਿਹਦਾ ਬਿਕਦਾ ਸੀ ਉਹੀ ਹਿੱਟ ਹੁੰਦਾ ਸੀ ਤੇ ਹੁਣ ਕੀ ਆ ਹੁਣ YouTube ਦਾ ਜਮਾਨਾ ਆ ਹੁਣ ਲੋਕ ਜੇ ਕੋਈ ਕੋਈ ਗੀਤ ਕਿਸੇ ਨੇ ਸੁਣਾ ਨਹੀਂ ਹੁੰਦਾ ਅੱਜ ਦੇ ਤੌਰ ਦੀ ਕਲਾਕਾਰੀ ਆ ਉਹ ਕਲਾ ਵਾਲੀ ਕਲਾਕਾਰੀ ਰਹੀ ਹੁਣ ਘਰ ਵਾਲਿਆਂ ਦੀ ਕਲਾਕਾਰੀ ਰਹੀ ਹੈ एक चीज हम आपसे पूछना चाहेंगे जो सबसे इंपॉर्टेंट क्वेश्चन है हमारा आपके अब तक जितने भी सॉन्ग्स हमने सुने हैं देखे हैं सीडीज पर या YouTube पर उसमें ना बहुत ज्यादा पंजाबी कल्चर आप फोकस करते हैं पंजाबी कल्चर को पूरी संस्कृति दिखाते हैं तो हम कहीं कह सकते हैं कि सुखविंदर सुखी जी को वेस्टर्न कल्चर ने अपनी तरफ अट्रैक्ट नहीं किया नहीं देखो असी पंजाबत जन्मे पले हैं असी ਪਿੰਡਾਂ ਦੇ ਵਿੱਚ ਰਹੇ ਆ ਤੇ ਸਾਡੇ ਅੱਜ ਵੀ ਉਹ ਸਾਨੂੰ ਉਹ ਹੀ ਚੀਜ਼ ਦੀ ਮਹਿਕ ਆਉਂਦੀ ਆ ਅਸੀਂ ਅਸੀਂ ਕਹਿੰਦੇ ਸਾਡੀ ਜਿਹੜੀ ਵਿਰਾਸਤ ਆ ਸਾਡਾ ਸੱਭਿਆਚਾਰ ਆ ਸਾਡਾ ਕਲਚਰ ਆ ਅਸੀਂ ਸੰਭਾਲ ਕੇ ਰੱਖੀਏ ਤੇ ਅਸੀਂ ਇਸ ਕਰੇ ਕੋਸ਼ਿਸ਼ ਕਰਦੇ ਆਂ ਵੀ ਜਿਹੜੀਆਂ ਚੀਜ਼ਾਂ ਗਾਇਬ ਹੁੰਦੀਆਂ ਨੇ ਜਸਾਡ ਕਲਚਰ ਆ ਸੱਭਿਆਚਾਰ ਉਹ ਅਗਲੀ ਪੀੜ੍ਹੀ ਤੱਕ ਵੀ ਚੱਲਦਾ ਰਹੇ ਸਾਨੂੰ ਦਿਲੋਂ ਲਗਵਾ ਦਿਲੋਂ ਪਿਆਰ ਆ ਸਾਡੀ ਪੰਜਾਬੀ ਮਾਂ ਬੋਲੀ ਨਾਲ ਪੰਜਾਬੀ ਕਲਚਰ ਨਾਲ ਤਾਂ ਯਹਾਂ ਮੈਂ ਆਪਕੇ ਫੇਵਰਿਟ ਸਿੰਗਰ ਕੌਣ ਹੈ ਪੰਜਾਬੀ ਮਿਊਜ਼ੀਕਲ ਇੰਡਸਟਰੀ ਦੇ ਆ ਦੇਖੋ ਮੈਂ ਜਿਨ੍ਹਾਂ ਨੂੰ ਅਸੀਂ ਸੁਣ ਸੁਣ ਕੇ ਵੱਡੇ ਹੋਇਆ ਮੈਨੂੰ ਜੇ ਹੁਣ ਜੀ ਸਭ ਤੋਂ ਬਾਅਦ ਜੀ ਤੁਸੀਂ ਕਹੋ ਜਿਨ੍ਹਾਂ ਨੇ ਮੈਨੂੰ ਟ੍ਰੈਕਟ ਕੀਤਾ ਉਹ ਕੁਲਦੀ ਮਾਨਕ ਸਾਹਿਬ ਸੀਗੇ ਜਿਨ੍ਹਾਂ ਨੂੰ ਕਲੀਆਂ ਦੇ ਬਾਦਸ਼ਾਹ ਵੀ ਕਿਹਾ ਜਾਂਦਾ ਸੀ ਗੁਰਦਾਸ ਮਾਨ ਸਾਹਿਬ ਬਹੁਤ ਅੱਛਾ ਕੰਮ ਕੀਤਾ ਉਹਨਾਂ ਨੇ ਤੇ ਮੈਂ ਮਾਨ ਤੇ ਮੈਨੂੰ ਸੌਤੋ ਬਾਦ ਜੀ ਮੈਨੂੰ ਅਜੇ ਕੀ ਪੁੱਛੇ ਪਸੰਦੀਦਾ ਕਲਾਕਾਰ ਤੇ ਉਹ ਕਲਦੀ ਮਾਨਕ ਸਾਹਿਬ ਨੇ ਸਰ ਜੀ ਇੱਕ ਗਾਣਾ ਹੋਰ ਸੁਣਾ ਦਿਜੀਏ ਬਹੁਤ देर ਹੋ ਗਈ ਇਤਨੇ سارے ਕੁਐਸਚਨ ਤਾਂ ਆਪਸੇ ਪੁੱਛ ਲਏ ਇੱਕ ਗਾਣਾ ہمارا ਮਿਸ ਹੋ ਗਿਆ ਚਲਿਏ ਫੇ ਸੁਣਾ ਦਿਜੀਏ ਸਰ ਹਾਂ ਮੈਂ ਪੰਜਾਬੀ ਕਲਚਰ ਨਾਲ ਜੁੜੇ ਕਾਫੀ ਗੀਤ ਗਾਏ ਨੇ ਤੇ ਇੱਕ ਮੈਂ ਜ਼ਿਲ੍ਹੇ ਦੀ ਗੱਲ ਕੀਤੀ ਸੀ ਸਾਡੇ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ ਕਿਹੜੇ ਕਿਹੜੇ ਜ਼ਿਲ੍ਹੇ ਕੀ ਕੀ ਕਰਦੇ ਨੇ ਉਹ ਤੇ ਕਿਹਜ ਲੋਕ ਰਹਿੰਦੇ ਨੇ ਉਹਨਾਂ ਦੀ ਕੀ ਕੀ ਸ਼ੌਂਕ ਨੇ ਹੋ ਚੌੜੀਆਂ ਛਾਤੀਆਂ ਉੱਚੇ ਲੰਮੇ ਗੱਬਰੂ ਅੰਬਰਸਰੀਏ ਬੇ ਸਿੱਖੀ ਦੇ ਵਿੱਚ ਮੋਢੀ ਬਣ ਕੇ ਦਾਨੀ ਰੂਪ ਨਗਰੀਏ ਰੋਬ ਵਿੱਚ ਸੰਗਰੂਰੀਏ ਮੁੱਛ ਨੂੰ ਰੋਬ ਵਿੱਚ ਸੰਗਰੂਰੀਏ ਮੁੱਛ ਨੂੰ ਖੜੀ ਰੱਖਣ ਦੇ ਸ਼ੌਂਕੀ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਰਫਲਾਂ ਰੱਖਣ ਦੇ ਸ਼ੌਂਕੀ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਰਫਲਾਂ ਰੱਖਣ ਦੇ ਸ਼ੌਂਕੀ ਵੈਰੀ ਗੁੱਡ ਸਰ ਵੌਇਸ ਟੌਕ ਵੀ ਬਹੁਤ ਹੀ ਆਥੈਂਟਿਕ ਹੈ ਅਸੀਂ ਪਹਿਲੇ ਵੀ ਸੁਣ ਚੁੱਕੇ ਹਾਂ ਇੱਕ ਚੀਜ਼ ਅਸੀਂ ਮੈਂ بتایا ਬਚਨ ਕਾਟਾ ਮੈਂ ਦਿਖਾਈ دیے ਤੇ ਈਵਰਸ ਨੇ ਬਹੁਤ ਪਸੰਦ ਕੀਤਾ ਤਾਂ ਮਿਊਜ਼ਿਕ ਵੀਡੀਓਸ ਤੋਂ ਆਪ ਆਤੇ ਹੀ ਉਸ ਵਿੱਚ ਦਿਖਾਈ ਦਿੰਦੇ ਹਾਂ ਮੈਂ ਮੂਵੀਜ਼ ਮੈਂ ਆਪਨੇ ਕਦੇ ਸਟੈਪ ਔਨ ਕਿਉ ਨਹੀਂ ਕੀ ਆਪ ਕਿਤਨੀ ਅੱਛੀ ਪਰਸਨੈਲਿਟੀ ਹੈ ਇਤਨੀ ਅੱਛੀ ਆਪਕੀ ਸਿੰਗਿੰਗ ਹੈ ਮਿਸ ਮਤਲਬ ਮੂਵੀਜ਼ ਮੈਂ ਆਪ ਕਿਉ ਨਹੀਂ ਦਿਖਾਈ ਦੀ ਹਾਂ ਸ਼ਨਕਾਟੇ ਚ ਮੈਂ ਭੱਲਾ ਭਾਜੀ ਉਹਨਾਂ ਨਾਲ ਸਾਨੂੰ 2000 ਤੋਂ ਲੈ ਕੇ ਕਿਉਂਕਿ ਮਿਰਵੰਗਾ ਮੇਜਨ ਕੈ ਸਾਡੇ ਚ ਭੱਲਾ ਭਾਜੀ ਬਾਲਾ ਭਾਜੀ ਨੀਲੂ ਜੀ ਸਾਰੇ ਉਹਨਾਂ ਨੇ ਐਕਟ ਕੀਤਾ ਸੀ ਐਜ਼ ਅ ਮਾਡਲ ਤੇ ਮੈਂ ਉਹ ਸ਼ਨਕਾਟੇ ਚ ਮੇਰਾ ਹਰ ਸ਼ਨਕਾਟੇ ਚ ਗੀਤ ਹੁੰਦਾ ਸੀਗਾ ਉਹਦੇ ਗੀਤ ਹੱਟ ਵੀ ਸਾਡੇ ਤੇ ਮੈਂ ਸੋਦੀ ਵੀ ਚਲੋ ਮੈਂ ਸਿੰਗਿੰਗ ਕਰ ਰਿਹਾ ਵੀ ਇੱਕ ਕੰਮ ਹੀ ਕੀਤਾ ਜਾਵੇ ਪਰ ਨਹੀਂ ਹੁਣ ਸਾਡੀ ਮੂਵੀ ਬੁਧੀ ਹੋ ਚੱਕੀ ਹੈ ਸ਼ੂਟਿੰਗ লাগਦਾ ਹੋ ਰਿਲੀਜ਼ ਹੋਊਗੀ ਸਰ ਜੀ ਯਹਾਂ ਕੇ ਯੂਥ ਕੋ ਪੰਜਾਬੀ ਯੂਥ ਕੋ ਆਪ ਆਪਣੀ ਤਰਫ ਸੇ ਪਰਸਨਲੀ ਕੋਈ ਮੈਸੇਜ ਦੇਣਾ ਚਾਹੇਂਗੇ ਕਿ ਅਸੀਂ ਦੇਖ ਰਹੇ ਹਾਂ ਪੰਜਾਬ ਮੇਂ ਵੈਸਟਰਨਾਈਜ਼ਡ ਕਲਚਰ ਬਹੁਤ ਜ਼ਿਆਦਾ ਫੈਲਤਾ ਜਾ ਰਹਾ ਲੋਕ ਕਈ ਨਾ ਕਈ ਆਪਣੇ ਕਲਚਰ ਕੋ ਭੁੱਲਤੇ ਜਾ ਰਹੇ ਹਾਂ ਤੋ ਆਪ ਆਪਣੀ ਤਰਫ ਸੇ ਕੋਈ ਅਪੀਲਿੰਗ ਸਾ ਸੁੰਦਰ ਸਾ ਮੈਸੇਜ ਦੇ ਦਿਜੀਏ ਗਾਣੇ ਕੇ ਸਾਥ ਐਸੇ ਨਹੀਂ ਗਾਣਾ ਕੇ ਸਾਥ ਦੇ ਦੇ ਪਹਿਲੇ ਸਰ ਕੁਝ ਬੋਲ ਕੇ ਬਤਾਈਏ ਉਸਕੇ ਬਾਅਦ ਗਾਣਾ ਤੇ ਮੈਂ ਹਮੇਸ਼ਾ ਕਹਾਂ ਆਪਦੇ ਕਲਚਰ ਨੂੰ ਆਪਦੀ ਬੋਲੀ ਨੂੰ ਪਿਆਰ ਕਰੋ ਤੇ ਆਪਦੇ ਮਾਂ ਬਾਪ ਨੂੰ ਰਿਸਪੈਕਟ ਕਰੋ ਉਹਨਾਂ ਨੂੰ ਪਿਆਰ ਕਰੋ ਤੇ ਆਪਦਾ ਜਿੰਦਗੀ ਦੇ ਵਿੱਚ ਕੋਈ ਨਾ ਕੋਈ ਏਮ ਜ਼ਰੂਰ ਰੱਖੋ ਮੈਂ ਕੀ ਬਣਨਾ ਤੇ ਉਹਦੇ ਲਈ ਮਿਹਨਤ ਕਰੋ ਨਿਸ਼ਾਨਾ ਅਗੇ ਰੱਖ ਕੇ ਅਰਜਨ ਦੀ ਜਿਵੇਂ ਮੱਛੀ ਦੀ ਅੱਖ 'ਚੋਂ ਤੀਰ ਮਾਰਿਆ ਸੀ ਤੇ ਉੱਥੇ ਫੋਕਸ ਕਰੋ ਤੇ ਜਿੰਦਗੀ ਦੇ ਵਿੱਚ ਕੋਈ ਐਸਾ ਕੰਮ ਕਰੋ ਦੁਨੀਆ ਤੇ ਲੋਕ ਆਈ ਜਾਂਦੇ ਨੇ ਜਾਈ ਜਾਂਦੇ ਨੇ ਕੋਈ ਐਸਾ ਕੰਮ ਕਰਕੇ ਜਾਓ ਕਿ ਤੁਹਾਡੇ ਜਾਣ ਤੋਂ ਬਾਅਦ ਲੋਕ ਤੁਹਾਨੂੰ ਹਮੇਸ਼ਾ ਯਾਦ ਕਰਨ ਨਸ਼ਿਆਂ ਤੋਂ ਬਚ ਕੇ ਰਹੋ ਸਿਹਤ ਬਣਾਓ ਜਿਮ ਜਾਓ ਤੇ ਕੋਈ ਕੋਈ ਨਾ ਕੋਈ ਗੇਮ ਖੇਡੋ ਕੋਈ ਨਾ ਕੋਈ ਦੀ ਹੌਬੀ ਜ਼ਰੂਰ ਰੱਖੋ ਜਿਹਨਾਂ ਤੁਹਾਡਾ ਵਧੀਆ ਟਾਈਮ ਪਾਸ ਹੋਵੇ ਤੇ ਮੈਂ ਇਹੀ ਕਹੂੰਗਾ ਵੀ ਦੇਸ਼ ਦਾ ਤੂੰ ਐ ਮਾਣ ਗੱਬਰੂਆ ਆਪਣਾ ਆਪ ਪਛਾਣ ਗੱਬਰੂਆ ਕੌਮ ਦਾ ਤੂੰ ਸ਼ਰਮਾਇਆ ਬਣ ਜਾ ਨਸ਼ਿਆਂ ਵੱਲ ਨਾ ਜਾਵੇ ਦੁਨੀਆ ਯਾਦ ਕਰੇ ਕੋਈ ਐਸਾ ਕਰਮ ਕਮਾਵੇ ਦੁਨੀਆ ਯਾਦ ਕਰੇ ਕੋਈ ਐਸਾ ਕਰਮ ਕਮਾਵੇ ਦੁਨੀਆ ਯਾਦ ਕਰੇ सर लास्ट में एक चीज़ और बता दीजिए आज हम आए हैं यहाँ पे लुधियाना में हम देख रहे हैं एक पैलेस में हम हैं तो यहाँ पे आपके किसी सॉन्ग की लॉन्चिंग होने वाली है क्या शूट हो रहा है उसके बारे में भी व्यूवर्स के साथ शेयर कर दीजिए हाँ साढ़ा नवा सॉन्ग दिवाली तो पहला आ रहा है ਤੇ ਉਹਦੀ ਮੈਂ ਸਥਾਈ ਤੁਹਾਨੂੰ ਮੈਂ ਸੁਣਾਉਂਗਾ ਅੱਜ ਉਹਦੀ ਸ਼ੂਟਿੰਗ ਅਸੀਂ ਇੱਥੇ ਮਹਿਲ ਮੁਬਾਰਕ ਪੈਲਸਾ ਮੁਲਾ ਪਰੈਕਟਰ ਰੋਡ ਤੇ ਉੱਥੇ ਸਾਡਾ ਸ਼ੂਟ ਚੱਲ ਰਿਹਾ ਸਾਨੂੰ ਬੜੀ ਖੁਸ਼ੀ ਹੋਈ ਤੁਸੀਂ ਚੱਲ ਕੇ ਆਏ ਹੋ ਸਾਡੀ ਦੀਵਾਲੀ ਵਾਲੀ ਗਾਣੇ ਵਾਲੀ ਦੀ ਖੁਸ਼ੀ ਤੁਸੀਂ ਸ਼ਾਮਲ ਹੋਏ ਹੋ ਤੇ ਇਹ ਅਕਤੂਬਰ ਦੇ ਵਿੱਚ ਅਕਤੂਬਰ ਤੋਂ ਪਹਿਲਾਂ ਪਹਿਲਾਂ ਦੀਵਾਲੀ ਤੋਂ ਪਹਿਲਾਂ ਇਹ ਗਾਣਾ ਔਨ ਯਰ ਹੋਊਗਾ ਜਿਹਨੂੰ ਸਾਡੇ ਮਾਡਲ ਤੇ ਡਾਇਰੈਕਟਰ ਸੰਦੀਪ ਬੀਦੀ ਜੀ ਫਿਲਮਾਰੇ ਨੇ ਬੜੇ-ਬੜੇ ਆਰਟਿਸਟ ਸਾਡੇ ਨਾਲ ਇਟਸ ਗੀਤੇ ਵਿੱਚ ਕੰਮ ਕਰ ਰਹੇ ਨੇ ਤੇ ਉਹ ਗੀਤ ਦੀ ਤੁਹਾਨੂੰ ਮੈਂ ਸੁਸਾਈ ਸੁਣਾਉਣਾ ਤੁਹਾਨੂੰ ਮੈਂ ਓ ਚੋਰੀ ਚੋਰੀ ਲੱਗੀਆਂ ਤੋਂ ਉੱਠ ਗਿਆ ਪਰਦਾ ਮੇਰੇ ਮਾਮੇ ਨਾਲ ਤੇਰਾ ਚਾਚਾ ਜੋਬ ਕਰਦਾ ਚੋਰੀ ਚੋਰੀ ਲੱਗੀਆਂ ਤੋਂ ਉੱਠ ਗਿਆ ਪਰਦਾ ਮੇਰੇ ਮਾਮੇ ਨਾਲ ਤੇਰਾ ਚਾਚਾ ਜੋਬ ਕਰਦਾ ਕੱਲ ਮਾਮੇ ਨੂੰ ਕਹਿੰਦੀ ਸੀ ਮੰਮੀ ਫੋਨ ਤੇ ਟਾਈਮ ਪਾਉਣਾ ਨਹੀਂ ਲਿਆਉਣੀ ਛੇਤੀ ਨੂੰ ਸਾਡੇ ਘਰ ਦੇ ਬਨੇਰੇ ਤੇ ਦੀਵਾਲੀ ਨੂੰ ਮੈਨੂੰ ਲੱਗਦਾ ਲਾਵੇਂਗੀ ਦੀਵੇ ਤੂੰ ਉਹ ਸਾਡੇ ਘਰ ਦੇ ਬਨੇਰੇ ਤੇ ਦੀਵਾਲੀ ਨੂੰ ਮੈਨੂੰ ਲੱਗਦਾ ਲਾਵੇਂਗੀ ਦੀਵੇ ਤੂੰ ਸਰ ਫਿਰ ਸੇ ਇੱਕ ਬਿਊਟੀਫੁਲ ਸਾ Song ਆਪਕੇ ਤਰਫ ਸੇ ਯਹਾਂ ਕੇ ਪੰਜਾਬੀ ਲੋਕੋ ਕੋ ਸੁਣਨੇ ਕੋ ਮਿਲੇਗਾ ਬਹੁਤ ਹੀ ਜਲਦੀ ਥੈਂਕ ਯੂ ਸੋ ਮਚ ਸਰ ਆਪਣਾ ਵੈਲਿਊਏਬਲ ਟਾਈਮ ਹਮੇਂ ਦੇਨੇ ਕੇ ਲੀਏ ਐਂਡ ਗੋਡ ਗੋਵਰ ਕਨਵਾਦ ਸੋਡੀ ਸਾਰੇ ਟੀਮ ਦਾ ਤਨਵਾਦ ਤੁਸੀਂ ਆਏ ਅੱਜ ਮੈਨੂੰ ਟਾਈਮ ਪੰਜਾਬ ਦੇ ਵਿੱਚ ਸਾਰਿਆਂ ਦੇ ਰੂਬਰੂ ਕੀਤਾ ਤੇ ਜਿਵੇਂ ਸਾਡਾ ਦਿਵਾਲੀ ਦਾ ਗੀਤ ਆ ਰਿਹਾ ਹਰ ਘਰ ਦੇ ਬਨੇਰੇ ਤੇ ਦਿਵਾਲੀ ਦੇ ਦੀਵੇ ਹਮੇਸ਼ਾ ਜਗਦੇ ਰਹਿਣ ਹਰ ਘਰ ਦੇ ਵਿੱਚ ਖੁਸ਼ੀਆਂ ਹਮੇਸ਼ਾ ਬਣੀ ਰਹਿਣ ਇੱਕ ਇਹ ਸਾਲ 'ਚ ਇੱਕ ਵਾਰੀ ਨਹੀਂ ਹਰ ਘਰ 'ਚ ਰੋਜ਼ ਦਿਵਾਲੀ ਹੋਵੇ थैंक यू सो मच बहुत बहुत ही सुंदर खूबसूरत से शब्द आपने हमारे टीम के लिए कहे तो आपने देखा यह थे हमारे साथ पंजाब पंजाबी म्यूजिकल इंडस्ट्री के बहुत ही रिनॉन्ड सिंगर मिस्टर सुखविंदर सुखी जी जिनके सॉन्ग्स को आप अब तक बहुत सारा प्यार देते आ रहे हैं उन्होंने बहुत ही अच्छा गानों के थ्रू एक मैसेज दिया पंजाबी यूथ को कि प्लीज़ नशों से दूर रहिए और अब जो उनका सॉन्ग दिवाली से पहले आने वाला है सारे पंजाबी कल्चर को सुनने को मिलेगा उसमें उन्होंने कुछ बताया कि किस टाइप का सॉन्ग आने वाला है होपफुली आप सबको बहुत अच्छा लगा होगा उनसे मिलके और हमने भी शेयर किए उनसे कुछ बहुत ही वंडरफुल मोमेंट्स थैंक यू सो मच कैमरामैन अमनदीप के साथ शिप्रा बसरीजा टाइम्स पंजाब टीवी